चाहे सुख चैन है, चाहे सतिंदर घोड़ना है, चाहे गौरव यादव है, चाहे दूसरे पुलिस अफसर ने जिहड़े उन्होंने इलाकों के इस टाइम जो तशद्दुद के दौर के मोढ़ी बने हुए हैं, जिहड़े मोहरे बने हुए हैं। सो उन्होंने शासल बेग ते वाशल बेग के जिहड़े वारस ने उन्होंने भाई सुवेग सिंह ते शाहबाज सिंह के वारसा ने भी शरण करनी है। सो आओ जी हुण भाई कुलजिंदर सिंह जी के विचार श्रवण करते हैं। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬੱਲਾਂ ਸਾਰਿਆਂ ਦਾ ਕਰਨਾ, ਜਿਹੜਿਆਂ ਦੇ ਕੀਮਤੀ ਟਾਈਮ ਦੇ ਵਿੱਚੋਂ ਕੱਢ ਕੇ ਅੱਜ ਸ਼ਾਮਿਲ ਹੋਇਆ ਦੁੱਖ ਦੇ ਵਿੱਚ। ਬੇਨਤੀ ਕਰਦੇ ਹਾਂ ਵੀ ਜਿਹੜੀ ਵੀ ਸਾਧ ਸੰਗਤ ਬੈਠੀ ਆ, ਦੁਨੀਆਂ ਭਰ ਦੇਖਦੀ ਵੀ ਆ ਜਾਂ ਇੱਥੇ ਵੀ ਆ, ਕੋਈ ਆਪਾਂ ਰਲ ਮਿਲ ਕੇ ਸਾਰੇ ਰਹੀਏ। ਉਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਆ, ਹੁਣ ਵੀ ਉਹ ਕੋਸ਼ਿਸ਼ ਕਰਦੇ ਆ ਵੀ ਵੰਡੀਆਂ ਪਾਈਆਂ ਜਾਣ ਅਤੇ ਸਿੱਖ ਕੌਮ ਨੂੰ ਬਦਨਾਮ ਕੀਤਾ ਜਾਵੇ। ਦੀਪ ਸਿੰਘ ਨਾਲ ਵੀ ਅੱਗੇ ਹੋਇਆ ਇੱਕ ਨਹੀਂ ਵੀ ਉਹ ਭੱਜ ਗਿਆ, ਉਹ ਇੱਥੇ ਲੁਕਿਆ ਹੋਇਆ ਆਪਣੀ ਕੌਮ ਦੇ ਵਿੱਚੋਂ ਕਈ ਸੀਗੇ ਜਿਹੜੇ ਉਹਨਾਂ ਨੂੰ ਗਰਦਾਰ ਕਹਿੰਦੇ ਸੀ, ਬਾਅਦ 'ਚ ਆਪਾਂ ਹਾਰ ਪਾਏ ਆ। ਦੁੱਖ ਦੀ ਗੱਲ ਇਹ ਹੈ ਵੀ ਹੁਣ ਵੀ ਅੰਮ੍ਰਿਤਪਾਲ ਸਿੰਘ ਨਾਲ ਵੀ ਇਹੀ ਹੋ ਰਿਹਾ, ਕਦੇ ਉਹ ਸਾਈਕਲ ਦੀ ਫੋਟੋ ਦਿਖਾ ਦਿੰਦੇ ਆ, ਕਦੇ ਮੋਟਰਸਾਈਕਲ ਦੀ ਫੋਟੋ ਦਿਖਾ ਦਿੰਦੇ ਆ, ਕਦੇ ਕਿਤੇ ਆਈ ਕਿਤੇ ਆ। ਅਤੇ ਇਹ ਆਪਾਂ ਨੂੰ ਹੁਣ ਥੋੜ੍ਹੇ ਸਮਾਰਟ ਹੋ ਕੇ ਚੱਲਣਾ ਪੈਣਾ ਵੀ ਅਸਲ ਹੋ ਕੀ ਰਿਹਾ ਜੀ। ਅੱਗੇ ਪਹਿਲੀਆਂ ਦੇ ਵਿੱਚ ਆਪਾਂ ਜਿਹੜਾ ਸੀਗਾ ਜਵਾਕ ਸੀਗਾ, ਉਦੋਂ ਨਹੀਂ ਦੇਖਿਆ ਸੀਗਾ, ਸੁਣਦੇ ਸੀਗੇ ਵੀ ਚਲੋ ਇਹਨਾਂ ਨੇ ਪਾਣੀ ਬੰਦ ਕਰਤਾ, ਇਲੈਕਟ੍ਰੀਸਿਟੀ ਬੰਦ ਕਰਤੀ। ਹੁਣ ਆਪਣੇ ਸਾਹਮਣੇ ਹੋ ਰਿਹਾ ਪੰਜਾਬ ਦੇ ਵਿੱਚ ਕਿੰਨੀ ਆਪਣੀ ਫੈਮਲੀਆਂ ਹੈਗੀਆਂ ਜਿਹੜੀ ਇੰਟਰਨੈਟ ਤੋਂ ਬੰਦ ਆ ਹੁਣ, ਅਤੇ ਦਰਬਾਰ ਸਾਹਿਬ ਦੇ ਵਿੱਚ ਫਿਰ ਵਰਦੀਆਂ ਪਾ ਕੇ ਫਿਰਨ ਲੱਗੇ ਹੋਏ ਆ। ਸੋ ਵੀ ਹੈਵ ਟੂ ਬੀ ਅਵੇਅਰ। ਬਾਕੀ ਸੋਸ਼ਲ ਮੀਡੀਆ ਦੇ ਵਿੱਚ ਜਿੰਨਾ ਵੀ ਤੁਹਾਨੂੰ ਹੋ ਸਕਦਾ ਇੰਗਲਿਸ਼ ਦੇ ਵਿੱਚ ਜਾਂ ਜਿਹੜੇ ਆਪਣੇ ਮੰਤਰੀ ਸ਼ਾਂਤੀ ਹੋ, ਜਿੱਥੇ ਵੀ ਤੁਹਾਡਾ ਮਾੜਾ ਮੋਟਾ ਹੱਥ ਹੈਗਾ ਆਪਾਂ ਕੋਸ਼ਿਸ਼ ਕਰੀਏ ਵੀ ਬ੍ਰਿੰਗ ਅਵੇਅਰਨੈਸ। ਉਦੋਂ ਸਦੀ ਦੇ ਵਿੱਚ ਵੀ ਕਾਫੀ ਕੁਛ ਹੋਇਆ। ਇੱਕ ਬੇਨਤੀ ਹੈ ਵੀ ਜਿਹੜੀ ਪੁਲਿਸ ਵਾਲੇ ਆਪਣੇ ਹੁਣ ਸਹਿਯੋਗ ਦੇ ਰਹੇ ਆ, ਵੀ ਉਹਨਾਂ ਨੂੰ ਆਪਾਂ ਮਾੜਾ ਚੰਗਾ ਥੋੜ੍ਹਾ ਘੱਟ ਘੱਟ ਬੋਲੀਏ, ਕਿਉਂਕਿ ਬਾਈ ਨਾਓ ਦੇ ਰੌਣ ਸਾਹਿਬ ਜਿਹੜਾ ਆਪਣੇ ਸਾਓ, ਜੇ ਹੁਣ ਆਪਾਂ ਉਹਨਾਂ ਨੂੰ ਧੱਕਾ ਧੁੱਕਾ ਦੇ ਲਾ ਕੇ ਜੇ ਗਾਲਾਂ ਕੱਢਣ ਲਾ ਕੇ ਪੁਲਿਸਿਆਂ ਨੂੰ, ਉਹਨਾਂ ਨੇ ਫਿਰ ਆਪਣੇ ਦਿਲ 'ਤੇ ਹੋਣਾ ਵੀ ਖਬਰ ਹੈ ਹੀ ਇਹੋ ਜਿਹੇ। ਹੁਣ ਗੁੱਸਾ ਤਾਂ ਸਾਰਿਆਂ ਦੇ ਵਿੱਚ ਹੈਗਾ, ਪਰ ਸਟ੍ਰੈਟਜੀ ਦੇ ਨਾਲ ਆਪਾਂ ਚੱਲਣਾ ਜੀ। ਅੱਗੇ ਮੈਂ ਵੀ ਰੋਟਾ ਪੋਟਾ ਹੁੰਦਾ ਸੀ, ਬਥੇਰਾ ਕੁਛ ਖਾ ਪੀ ਕੇ ਦੇਖ ਲਿਆ, ਪਰ ਅੰਮ੍ਰਿਤਪਾਲ ਦੀਆਂ ਗੱਲਾਂ ਨੂੰ ਦੇਖ ਕੇ ਸੁਣ ਕੇ ਬਾਈ ਦੀਆਂ ਗੱਲਾਂ ਹਜੇ ਤੱਕ ਵੀ ਕੰਨਾਂ ਦੇ ਵਿੱਚ ਰਲਕੀਆਂ ਵੀ ਆਪਾਂ ਜਾਗੀਏ। ਖਾਲਿਸਤਾਨ ਆਪਾਂ ਦਿਨ ਕਿਸੇ ਦਿਨ ਬਣਾਵਾਂਗੇ, ਜ਼ਰੂਰ ਬਣੂਗਾ ਖਾਲਿਸਤਾਨ, ਪਰ ਰੌਲੀ ਹੌਲੀ ਹੌਲੀ ਸਟੈਪ ਬਾਏ ਸਟੈਪ ਵੀ ਹੈਵ ਟੂ ਡੂ ਇਟ, ਹੈ ਨਾ। ਅਤੇ ਅੱਗੇ ਬਾਕੀ ਜਿਹੜੇ ਦੀਪ ਸਿੰਘ ਵੀ ਕਹਿੰਦੇ ਸੀ ਵੀ ਸ਼ਸਤਰ ਹਥਿਆਰ ਆਪਣਾ ਜ਼ਰੂਰ ਰੱਖਣੇ ਚਾਹੀਦੇ ਆ, ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਚਾਹੀਦਾ ਵੀ ਕਾਹਦੇ ਰੱਖੇ ਹੋਏ ਆ, ਕੀ ਸੇਫਟੀ ਆ ਇਹਨਾਂ ਦੀ, ਕਾਹਦੇ ਵਾਸਤੇ ਆਪਣੇ ਗੁਰੂਆਂ ਨੇ ਰੱਖੇ ਸੀਗੇ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਨੂੰ। ਅਤੇ ਰਲ ਮਿਲ ਕੇ ਆਪਣਾ ਸਾਰਿਆਂ ਨੂੰ ਕਰਨਾ ਚਾਹੀਦਾ। ਹੁਣ ਕਿੰਨੇ ਉੱਥੇ ਆਪਾਂ ਵੀਡੀਓ ਦੇਖਦੇ ਹਾਂ ਕੋਈ ਬਜ਼ੁਰਗਾਂ ਨੂੰ ਧੱਕੇ ਮਾਰਦੇ ਆ, ਇੱਕ ਬਜ਼ੁਰਗ ਵਿਚਾਰਾ ਹੈਂਡੀਕੈਪ ਸੀਗਾ ਉਹਨੂੰ ਚੱਕ ਕੇ ਗੱਡੀ ਦੇ ਵਿੱਚ ਸਿੱਟਿਆ, ਆਪਾਂ ਨੂੰ ਦੁੱਖ ਬਹੁਤ ਆਉਂਦਾ। ਅਤੇ ਜਿੰਨਾ ਵੀ ਹੋ ਸਕਦਾ ਇੱਥੋਂ, ਜੇ ਹੁਣ ਆਪਾਂ ਪੰਜਾਬ ਨਹੀਂ ਜਾ ਸਕਦੇ, ਇੱਥੋਂ ਵੀ ਆਪਾਂ ਜਿੰਨਾ ਵੀ ਕਰੀਏ, ਇੱਕ ਮੈਂ ਬੇਨਤੀ ਕਰਨੀ ਹੈ ਜਿਵੇਂ ਇੱਥੇ ਗੱਡੀਆਂ ਵੀ ਘੁੰਮਦੀਆਂ ਪੰਜਾਬ ਪੁਲਿਸ ਦੇ ਸਟਿੱਕਰ ਵਾਲੀਆਂ, ਉਹਨਾਂ ਆਪਾਂ ਨੋਟ ਕਰੀਏ ਜੇ ਪੁਲਿਸਾਂ ਦੇ ਬੰਦੇ ਆ ਹੋ ਜਾਂ ਉਹਨਾਂ ਦੇ ਜਵਾਕ ਜਾਂ ਕਿੱਦੇ ਆ, ਜੇ ਆਪਣੇ ਬਜ਼ੁਰਗਾਂ ਨੂੰ ਉੱਥੇ ਤੰਗ ਕਰ ਸਕਦੇ ਹਾਂ ਤਾਂ ਇੱਥੇ ਆਪਾਂ ਆਪਾਂ ਤਾਂ ਚੂੜੀਆਂ ਪਾਈਆਂ ਹੋਈਆਂ। ਅਤੇ ਜਿਹੜੇ ਵੀ ਉਹ ਪੰਜਾਬ ਪੁਲਿਸ ਆਦੇ ਜਾਂ ਮੰਤਰੀ ਸ਼ੰਤਰੀ ਆਉਂਦੇ ਆ, ਉਹਨਾਂ ਵੀ ਆਪਾਂ ਬੇਨਤੀ ਕਰਨੀ, ਉਹ ਘੇਰੀਏ ਉਹਨਾਂ ਨੂੰ, ਕੁਐਸਚਨ ਕਰੀਏ ਵੀ ਅਸੀਂ ਤੁਹਾਨੂੰ ਚੁਣ ਕੇ ਭੇਜਿਆ, ਤੁਸੀਂ ਉੱਥੇ ਕਾਹਦੇ ਨਹੀਂ ਆਵਾਜ਼ ਉਠਾ ਰਹੇ, ਧੱਕਾ ਹੋ ਰਿਹਾ, ਸ਼ਰੇਆਮ ਹੋ ਰਿਹਾ। ਹੁਣ ਹਿਊਮਨ ਰਾਈਟਸ ਦੀ ਗੱਲ ਆ ਗਈ, ਜਿਵੇਂ ਸਵਾਲ ਵੀ ਪੁੱਛਦੇ ਆ ਕਦੇ ਅੱਤਵਾਦੀ ਕਹਿੰਦੇ, ਜੇ ਪਾਣੀ ਆਪਾਂ ਪਹਿਲਾਂ ਮੰਗਦੇ ਸੀਗੇ ਤਾਂ ਵੀ ਅੱਤਵਾਦੀ, ਜੇ ਪਾਣੀ ਵਰਤਾਉਂਦੇ ਹਾਂ ਤਾਂ ਵੀ ਆਪਾਂ ਅੱਤਵਾਦੀ, ਨੋ ਦੈਟਸ ਨਾਟ ਰਾਈਟ। ਸੋ ਐਂਡ ਦੇ ਵਿੱਚ ਇਹੀ ਕਹਿਣਾ ਸੀਗਾ ਵੀ ਜਿੰਨਾ ਵੀ ਹੋ ਸਕਦਾ ਰਲ ਮਿਲ ਕੇ ਆਪਾਂ ਕਰੀਏ। ਬਾਕੀ ਆਪਣੇ ਪ੍ਰਬੰਧ ਕੀਤੇ ਹੈਗੇ ਆ, ਜੇ ਹੋਰ ਵੀ ਕੋਈ ਸੁਜੈਸ਼ਨ ਹੈਗੇ ਭੈਣਾਂ ਵੀਰ ਜੀ ਕਿਸੇ ਨੇ ਆ ਕੇ ਬੋਲਣਾ ਹੋਵੇ ਪਲੀਜ਼ ਆਇਓ, ਅਤੇ ਸਾਰਿਆਂ ਨੇ ਜ਼ਰੂਰ ਆਪਾਂ ਇੱਕ ਵਜੇ ਉੱਥੇ ਪਹੁੰਚਣਾ, 12:30 ਤੱਕ, ਹਾਂਜੀ 12:30 ਵਜੇ ਜੀ ਉਹਨੇ ਕਹਿੰਦੇ ਉੱਥੇ ਜ਼ਰੂਰ ਪਹੁੰਚਣਾ, 2 ਵਜੇ ਕਿਉਂਕਿ ਅੰਬੈਸੀ ਬੰਦ ਹੋ ਜਾਂਦੀ ਹੈ। ਅਤੇ ਜਿਹੜੇ ਵੀਕਡੇ ਦੇ ਵਿੱਚ ਪ੍ਰੋਗਰਾਮ ਆ ਉਹ ਵੀ ਆਪਾਂ ਚਾਲੂ ਰੱਖਣੇ ਆ। ਬਾਕੀ ਹੁਣ ਫਰਾਈਡੇ ਪਰਸੋਂ ਨੂੰ ਸ਼ਾਮ ਨੂੰ 6 ਵਜੇ ਪ੍ਰੋਗਰਾਮ ਫੇਰ ਅਸੈਂਬਲੀ 2 'ਤੇ ਸਟਾਰਟ ਰੋਡ 'ਤੇ, ਅਤੇ ਹੋਪਫੁਲੀ ਜਿਵੇਂ ਅੱਗੇ ਆਪਣਾ ਮੋਰਚਾ ਲੱਗਿਆ ਸੀਗਾ ਕਿਸਾਨੀ ਵੇਲੇ, ਅਤੇ ਆਪਾਂ ਡੇਲੀ ਫੇਰ ਖੜ੍ਹੇ ਆ ਕੇ ਗਏ। ਅਤੇ ਕੱਲ੍ਹ ਨੂੰ ਵੀ ਮੈਂ ਕਹਿੰਦਾ ਬਾਈ ਜੀ ਹੁਣ ਗਾਂਧੀ ਤੁਹਾਨੂੰ ਦੱਸ ਰਿਹਾ ਜੀ ਗਲਤੀ ਹੋਣੀ ਮਾਫ਼ ਕਰਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘੋ ਤੁਹਾਡੀ ਸੋਚ 'ਤੇ ਰਾਜ ਕਰੇਗਾ। ਧੰਨਵਾਦ ਭਾਈ ਕੁਲਜਿੰਦਰ ਸਿੰਘ ਜੀ ਦਾ। ਸੋ ਅਗਲੇ ਜੋ ਬੁਲਾਰੇ ਹਨ ਭਾਈ ਹਰਮੀਤ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਹਰਪ੍ਰੀਤ ਸਿੰਘ 7 ਵਜੇ ਭਾਈ ਹਰਪ੍ਰੀਤ ਸਿੰਘ ਜੀ, ਉਹ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ। ਸੋ ਆਓ ਜੀ ਉਹਨਾਂ ਦੇ ਵਿਚਾਰ ਸਾਰਨ ਕਰਦੇ ਹਾਂ।
धन धन साहिब श्री गुरु ग्रंथ साहब जी महाराज की हजूरी के जुड़ बैठी गुरु गुरु प्यारी खालसा सतसंग जीओ गज के फतेह बुलायो वाहिगुरु जी का खालसा वाहिगुरु जी की फतेह। पहला आप सारी संगत का बहुत